ਵਾਰਾਂ ਪਾਈ ਗੁਰਦਾਸ ਜੀ ਵਾਰ 23ਵੀਂ ਪੌੜੀ 19ਵੀਂ ਚਾਰ ਵਰਨ ਇੱਕ ਵਰਨ ਕਰ ਵਰਨ ਅਵਰਨ ਸਾਧ ਸੰਗ ਜਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਾਰ ਵਰਨ ਇੱਕ ਵਰਨ ਕਰ ਵਰਨ ਅਵਰਨ ਸਾਧ ਸੰਗ ਜਾਪ ਹੁਣ ਪਾਈ ਗੁਰਦਾਸ ਜੀ ਗੁਰਮੁਖਾਂ ਦਾ ਜਿਹੜਾ ਹੈ ਪੰਥ ਦੱਸਦੇ ਨੇ ਵੀ ਗੁਰਮੁਖਾਂ ਦਾ ਪੰਥ ਕਿਹਦਾ ਹੈ ਕਹਿੰਦੇ ਦੇਖੋ ਨਾ ਚਾਰ ਵਰਣ ਬ੍ਰਾਹਮਣ ਖੱਤਰੀ ਵੈਸ਼ ਤੇ ਸ਼ੁੱਧ ਚਾਰ ਹੋ ਗਏ ਇੱਕ ਵਰਣ ਕਰ ਉਹਨਾਂ ਨੂੰ ਗੁਰਸਿੱਖ ਬਣਾ ਲਿਆ ਉਹਨਾਂ ਨੂੰ ਗੁਰਮੁਖ ਬਣਾ ਲਿਆ ਹੁਣ ਉਹਨਾਂ ਦੇ ਵਿੱਚ ਨਾ ਬ੍ਰਾਹਮਣ ਪੁਣਾ ਰਿਹਾ ਨਾ ਖੱਤਰੀ ਪੁਣਾ ਰਿਹਾ ਨਾ ਵੈਸ਼ ਪੁਣਾ ਰਿਹਾ ਨਾ ਸ਼ੁੱਧਰ ਪੁਣਾ ਰਿਹਾ ਮਹਾਰਾਜ ਨੇ ਸਾਰੇ ਹੀ ਖਤਮ ਕਰ ਦਿੱਤਾ ਉਹਨਾਂ ਵਿੱਚ ਇੱਕ ਪਰਮਾਤਮਾ ਦਾ ਨਾਮ ਦੇ ਦਿੱਤਾ ਸਾਰਿਆਂ ਨੂੰ ਇੱਕ ਜੈਸਾ ਬਣਾ ਦਿੱਤਾ ਫੇਰ ਕਹਿੰਦੇ ਵਰਣ ਅਵਰਣ ਸਾਧ ਸੰਗ ਜਾਪੈ ਹੁਣ ਵਰਣ ਤੇ ਅਵਰਣ ਵਰਣ ਜਿਹੜਾ ਹੈ ਵਰਣ ਕੀ ਹੁੰਦਾ ਜਿਵੇਂ ਗਵਮਨ ਖੱਤਰੀ ਵੈਸ਼ ਤੇ ਸ਼ੁੱਧਰ ਇਹ ਤਾਂ ਵਰਣ ਹੋਗੇ ਅ ਵਰਣ ਹੁੰਦਾ ਜਿਹਦਾ ਇਹ ਵੀ ਨਾ ਹੋਵੇ ਕਈ ਐਸੇ ਬੰਦੇ ਨੇ ਜਿਨ੍ਹਾਂ ਦੀ ਕੋਈ ਜਾਤੀ ਹੋਣੀ ਹੈਗੀ ਦੇ ਆਰ ਨੋਟ ਈਵਨ ਸ਼ੁਦਰ ਦੇ ਆਰ ਈਵਨ ਵਰਸ ਦੈਨ ਸ਼ੁਦਰ ਦੇ ਡੋਨਟ ਹੈਵ ਐਨੀਥਿੰਗ ਮਤਲਬ ਕਿ ਉਹ ਬੰਦੇ ਨੇ ਜਿਹੜੇ ਤਰੇ ਫਿਰਦੇ ਨੇ ਕਿਤੇ ਇਹ ਕੰਮ ਕਰ ਲਿਆ ਕਿਤੇ ਉਹ ਦੇ ਗਾਟ ਨੋ ਪ੍ਰੈਕਟਿਸਸ ਦੈਟ ਦੇ ਹੈਵ ਇਨਹੈਰਿਟਡ ਫਰਮ देयर ਜਨਰੇਸ਼ਨਸ ਨੱਥਿੰਗ ਸੋ ਕਹਿੰਦੇ ਉਹ ਅਵਰਣ ਨੇ ਉਹ ਵਰਣ ਹੈ ਨਹੀਂ ਆਉਂਦਾ ਦਾ ਸਾਧ ਸੰਗ ਜਾਪੈ ਕਹਿੰਨਗੇ ਉਹਨਾਂ ਨੂੰ ਗੁਰੂ ਮਹਾਰਾਜ ਨੇ ਆਪਣੇ ਸਾਧ ਸੰਗ ਵਿੱਚ ਮਿਲਾ ਲਿਆ ਨਾ ਆਪਾਂ ਨੂੰ ਇਹ ਵੀ ਇੱਕ ਪਰਮ ਹੁੰਦਾ ਆਪਾਂ ਕਹਿੰਦੇ ਜੀ ਸਿੱਖਾਂ ਵਿੱਚ ਵਰਣ-ਵਰਣ ਨਹੀਂ ਹੁੰਦੇ ਜੀ ਹਾਂ ਬਿਲਕੁਲ ਨਹੀਂ ਹੁੰਦੇ ਨਹੀਂ ਹੁੰਦੇ ਆਪਾਂ ਸਾਰੇ ਕਹਿੰਦੇ ਨਹੀਂ ਹੁੰਦੇ ਆਪਾਂ ਗੁਰਮਾਰਾ ਨੇ ਖਤਮ ਕੀਤੇ ਨੇ ਪਰ ਕਿਵੇਂ ਖਤਮ ਕੀਤੇ ਨੇ ਉਹਨਾਂ ਨੇ ਗੁਰੂ ਨਾਨਕ ਤੋਂ ਲੈ ਕੇ ਗੁਰਤੇਗ ਬਾਦਸਾਹਿਬ ਤੱਕ ਚਰਨਾਮ੍ਰਿਤ ਪਲਾਇਆ ਸੀ ਸਿੱਖ ਬਣਾਇਆ ਤਾਂ ਉਹਨਾਂ ਨੇ ਵਰਣ ਖਤਮ ਕੀਤੇ ਗੁਰੂ ਗੋਬਿੰਦ ਸਿੰਘ ਮਹਾਰਾ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਤਾਂ ਵਰਣ ਖਤਮ ਹੋਏ ਜੇ ਆਪਾਂ ਅੰਮ੍ਰਿਤ ਨਹੀਂ ਛਕਿਆ ਫੇ ਆਪਣੇ ਵਰਣ ਹੈਗਾ ਕਿ ਨਹੀਂ ਹਜੇ ਦੱਸੋ ਮਹਾਰਾਜ ਨੇ ਕਿਵੇਂ ਖਤਮ ਕੀਤਾ ਅੰਮ੍ਰਿਤ ਛਕਾ ਕੇ ਕੀਤਾ ਨਾ ਉਹ ਜਦੋਂ ਅੰਮ੍ਰਿਤ ਛਕ ਲੈਂਦੇ ਨੇ ਉਹ ਗੁਰਸਿੱਖ ਬਣ ਜਾਂਦੇ ਨੇ ਹੋ ਗਿਆ ਕੰਮ ਪਰ ਦੇਖੋ ਮਹਾਰਾਜ ਦੀ ਕਿੰਨੀ ਕਿਰਪਾ ਹੈ ਆਪਾਂ ਨੂੰ ਜਨਮ ਵੇਲੇ ਆਪਾਂ ਜਨਮ ਸੰਸਕਾਰ ਕਰਦੇ ਨੇ ਜਪਜੀ ਸਾਹਿਬ ਪੜ੍ਹ ਕੇ ਆਪਾਂ ਉਹ ਅੰਮ੍ਰਿਤ ਛਕਾ ਦਿੰਦੇ ਨੇ ਬੱਚੇ ਨੂੰ ਆਪਾਂ ਕਹਿੰਦੇ ਬੱਚਾ ਅੱਜ ਸਿੱਖ ਬਣ ਗਿਆ ਕੋਰੈਕਟ ਤਾਂ ਕਰਕੇ ਆਪਾਂ ਹਜੇ ਆਪਾਂ ਕਹਿ ਸਕਦੇ ਹਾਂ ਜੀ ਹਜੇ ਵਰਨ ਹੈ ਨਹੀਂ ਕਿਉਂਕਿ ਮੈਂ ਜਨਮ ਵੇਲੇ ਮਹਾਰਾ ਦੇ ਚਰਨ ਅਜਰਾ ਹਾਂ ਅਮਰਤ ਸ਼ਕਿਆਸੀ ਦਾ ਜਨਮ ਸੰਸਕਾਰ ਦਾ ਪਰ ਫਿਰ ਆਪਣਾ ਫਰਜ ਬਣਦਾ ਨਾ ਵੱਡੇ ਹੋ ਕੇ ਖੰਡੇ ਬਾਟੇ ਦਾ ਵੀ ਅਮਰ ਸ਼ਕਲੋ ਭਾਈ ਉਹ ਆਪਣਾ ਫਰਜ ਬਣਦਾ ਉਹ ਤਾਂ ਮਾਪਿਆਂ ਨੇ ਛਕਾਤਾ ਆਪਣੇ ਪਾਵਰ ਦੇ ਵਿੱਚ ਹੁਣ ਤੁਸੀਂ ਆਪਣੀ ਮਰਜ਼ੀ ਨਾਲ ਵੀ ਛਕ ਲੋ ਨਾ ਜੇ ਸੱਚਮੁੱਚ ਤੁਸੀਂ ਕਹਿੰਦੇ ਹੋ ਵੀ ਵਰਨ ਨਹੀਂ ਹੋਣੇ ਚਾਹੀਦੇ ਵੀ ਆਰ ਵੈਰੀ ਹੈਪੀ ਟੂ ਸੇ ਵੀ ਆਰ ਕਾਸ ਵੀ ਡੋਨਟ ਬਲੀਵ ਇਨ ਕਾਸ ਸਿਸਟਮ ਕਹਿੰਦੇ ਆ ਬਟ ਡੂ ਯੂ ਰੀਲੀ ਬਲੀਵ ਇਨ ਇਟ ਉਹ ਯੂ ਹੈਵ ਟੂ ਅਨਸਰ ਫਾਰ ਯਰਸੈਲਫ ਓਕੇ ਚਲੋ ਫੇ ਸ਼ੇਰ ਉਤ ਛੇ ਰੁੱਤੀ ਛੇ ਦਰਸਨਾ ਗੁਰਮੁਖ ਦਰਸਨਾ ਸੂਰਜ ਥਾਪੇ ਓਕੇ ਹੁਣ 6 ਸੀਜ਼ਨਸ ਨੇ ਓਕੇ ਨਾਰਮਲੀ ਵੀ ਬਿਲੀਵ ਵਿਦ ਆਰ ਵੈਸਟਰਨ ਜਿਹੜੀ ਸਟੱਡੀਜ਼ ਆਫ 4 ਸੀਜ਼ਨਸ ਆ ਜਿਹੜਾ ਹਣ ਆਪਣੇ ਇੰਡੀਆ ਦੀ ਸਿਸਟਮ ਦੇ ਵਿੱਚ 6 ਨੇ ਸੋ 6 ਸੀਜ਼ਨਸ ਨੇ ਹੁੰਦੇ ਨੇ ਓਕੇ ਸੋ ਇਹ ਛੇ ਸੀਜ਼ਨ ਜਿਹੜੇ ਹਣ ਬਸੰਤ ਹੋਇਆ ਗ੍ਰਿਕਮ ਹੋਇਆ ਜਦੋਂ ਮੀਂਹ ਪੈਂਦੇ ਨੇ ਉਹ ਗ੍ਰਿਕਮ ਹੁੰਦਾ ਹੈ ਤੇ ਵਰਖਾ ਤੇ ਸਰਦ ਹੇਮੰਤ ਤੇ ਜਿਹੜਾ ਹਣ ਫਿਰ ਅੱਗਾ ਅਗਲਾ ਹੁੰਦਾ ਸਿਰ ਰੁੱਤ ਸੋ ਇਹ ਛੇ ਹੋ ਗਈਆਂ ਫੇਰ ਕਹਿੰਦੇ ਛੇ ਦਰਸ਼ਨਾ ਛੇ ਦਰਸ਼ਨ ਹੁੰਦੇ ਨੇ ਉਹ ਕਿਹੜੇ ਨੇ ਕਹਿੰਦੇ ਜੰਗਮ ਹੋਇਆ ਜੈਨੀ ਹੋਇਆ ਸੰਿਆਸੀ ਹੋਏ ਜਿਹੜਾ ਹਨ ਵਿਰਾਗੀ ਹੋਏ ਜਿਹੜੇ ਹਨ ਫਿਰ ਅੱਗੇ ਜਿਹੜਾ ਵੈਸ਼ਨਵ ਹੋਏ ਤਾਂ ਅਗਲਾ ਛੇਮਾ ਕੀ ਹੈ ਯੋਗੀ ਹੋਏ ਸੋ ਇਹ ਛੇ ਦਰਸ਼ਨ ਹੋ ਗਏ ਹੁਣ ਗੁਰਮੁਖ ਦਰਸ਼ਨ ਸੂਰਜ ਥਾਪੈ ਹੁਣ ਦੇਖੋ ਕਹਿੰਦੇ ਸੂਰਜ ਜਿਹੜੇ ਨੇ ਇਹਦੀਆਂ ਜਿਹੜੀਆਂ ਰਾਸਾਂ ਹੁੰਦੀਆਂ ਨੇ ਇਹਦੀਆਂ ਰਾਸਾਂ ਹੁੰਦੀਆਂ ਨੇ ਤੇ ਸੂਰਜ ਇੱਕ ਹੈ ਸੀਜ਼ਨ 6 ਨੇ राइट 6 ਦਰਸ਼ਨ ਨੇ 6 ਸੀਜ਼ਨ ਨੇ ਸੂਰਜ ਇਕ ਹੈ राइट ਹੁਣ ਉਹਦਾ ਐਗਜ਼ਾਮਪਲ ਲੋ ਸੂਰਜ ਇਕ ਹੈ ਦੁਨੀਆ ਚੇਂਜ ਹੁੰਦੀ ਆ ਸੂਰਜ ਉਹੀ ਹੁੰਦਾ ਹੈ ਉਹਦਾ ਕੋਈ ਫਰਕ ਨਹੀਂ ਪੈਂਦਾ ਹਰ ਇੱਕ ਸੀਜ਼ਨ ਦੇ ਵਿੱਚ ਉਹੀ ਸੂਰਜ ਚਾਨਣ ਵੀ ਦਿੰਦਾ ਹੈ ਗਰਮੈਸ਼ ਵੀ ਦਿੰਦਾ ਹੈ ਫਿਰ 12 ਪੰਥ ਮਿਟਾਏ ਕਾ ਗੁਰਮੁਖ ਪੰਥ ਵੱਡਾ ਪਰਤਾਪਾ ਹੁਣ 12 ਪੰਥ ਕਿਹੜੇ ਯੋਗੀਆਂ ਦੇ ਯੋਗੀਆਂ ਦੇ ਪਾਰਮਪੰਥ ਨੇ ਉਹ ਵੀ ਗੁਰੂ ਮਹਾਰਾ ਨੇ ਮਟਾ ਦਿੱਤੇ ਗੁਰਮੁਖ ਪੰਥ ਵੱਡਾ ਪ੍ਰਤਾਪ ਹੈ ਉਹਨਾਂ ਨੇ ਗੁਰਮੁਖਾਂ ਦਾ ਇੱਕ ਪੰਥ ਬਣਾਇਆ ਜਿਹੜਾ ਵੱਡਾ ਪ੍ਰਤਾਪ ਹੈ ਵੱਡੇ ਪ੍ਰਤਾਪ ਵਾਲਾ ਹੁਣ ਤੁਸੀਂ ਦੇਖੋ ਨਾ ਜੇ ਹੁਣ ਇੱਕ ਬੰਦਾ ਆਮੀ ਵਿੱਚ ਹੋਵੇ ਹੀ ਵੈਸ ਹਿਸ ਯੂਨੀਫਾਰਮ ਉਹ ਯੂਨੀਫਾਰਮ ਇੱਕ ਅਥਾਰਟੀ ਉਹਨੂੰ ਦਿੰਦਾ ਹੈ ਕੌਣ ਉਹ ਕੰਟਰੀ ਦਿੰਦੀ ਹੈ ਕੰਟਰੀ ਉਹਨੂੰ ਐਮਪਾਵਰ ਕਰਦੀ ਹੈ ਟੂ ਡਿਸਚਾਰਜ ਹਿਸ ਡਿਊਟੀਆਂ ਰਾਈਟ ਹੁਣ ਇਸੇ ਤਰ੍ਹਾਂ ਹੀ ਗੁਰੂ ਨਾਨਕ ਨੇ ਆਪਾਂ ਨੂੰ ਗੁਰਸਿੱਖ ਬਣਾ ਕੇ ਆਪਾਂ ਨੂੰ ਪੰਜ ਕਕਾਰ ਦੇ ਕੇ ਆਪਾਂ ਨੂੰ ਆਪਣਾ ਸਰੂਪ ਦੇ ਕੇ ਉਹਨਾਂ ਨੇ ਇੱਕ ਅਥੋਰਿਟੀ ਸਿੱਖ ਨੂੰ ਦਿੱਤੀ ਹੈ ਉਹਦੀ ਗੱਲ ਭਾਈ ਗੁਰਦਵਾਲ ਜੀ ਕਹਿੰਦੇ ਗੁਰਮੁਖ ਪੰਥ ਵੱਡਾ ਪ੍ਰਤਾਪ ਹੈ ਕਹਿੰਦੇ ਗੁਰਮੁਖਾਂ ਦਾ ਪੰਥ ਵੱਡਾ ਪ੍ਰਤਾਪ ਵਾਲਾ ਹੈ ਕਿਉਂ ਪ੍ਰਤਾਪ ਵਾਲਾ ਹੈ ਬਿਕੋਜ਼ ਗੁਰਮੁਖ ਜਿਹੜੇ ਨੇ ਸਿਰਫ ਆਪਣੇ ਗੁਰੂ ਨੂੰ ਮੰਨਦੇ ਨੇ ਤੇ ਸੱਚ ਨੂੰ ਮੰਨਦੇ ਨੇ ਉਹ ਸੱਚ ਤੇ ਚੱਲਣ ਵਾਲੇ ਨੇ ਉਹ ਝੂਠ ਦੀ ਗੱਲ ਨਹੀਂ ਕਰਦੇ ਦੇਖੋ ਅੱਗੇ ਕਾਟਸ ਹੁੰਦੇ ਸੀਗੇ ਬ੍ਰਿਟਿਸ਼ ਟਾਈਮ ਦੇ ਵਿੱਚ ਜੇ ਇਹ ਕਹਿੰਦੇ 10 ਬੰਦੇ ਹੋਰ ਕੌਮ ਦੇ ਕਹ ਦੇ ਨੇ ਇਹਨੇ ਕੀਤਾ ਸਿੱਖ ਇੱਕ ਪਾਸੇ ਖੜ ਕੇ ਕਹਦੇ ਨੇ ਨਹੀਂ ਕੀਤਾ ਉਹਦੀ ਗੱਲ ਮੰਨੀ ਜਾਂਦੀ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਸਿੱਖ ਕਿਦੇ ਝੂਠ ਨਹੀਂ ਬੋਲਦਾ ਐਂਡ ਵਾਈ ਸਿੱਖ ਝੂਠ ਨਹੀਂ ਬੋਲਦਾ ਕਿਉਂਕਿ ਉਹ ਕਿਸੇ ਦੇ ਅਧੀਨ ਨਹੀਂ ਹੁੰਦਾ ਹੀ ਇਸ ਨੋਟ ਅੰਡਰ ਕੰਟਰੋਲ ਅੰਡਰ ਪ੍ਰੈਸ਼ਰ ਆਫ ਐਨੀਥਿੰਗ ਸਿੱਖ ਨੇ ਸੱਚ ਵਾਸਤੇ ਖੜਨਾ ਕਿਉਂਕਿ ਸਿੱਖਾਂ ਨੇ ਆਰੇ ਦੇ ਨਾਲ ਸਰੀਰ چیر ਲਏ ਸਿੱਖਾਂ ਨੇ ਆਪਣੇ ਬੰਦ-ਬੰਦ ਕਟਵਾ ਲਏ ਪਰ ਉਹ ਝੂਠ ਨਹੀਂ ਬੋਲੇ ਕਹਿੰਦੇ ਸਿੱਖਾਂ ਦੀ ਇਹ ਕੁਰਬਾਨੀਆਂ ਨੂੰ ਦੇਖ ਕੇ ਉਹ ਕਹਿੰਦੇ ਭਾਈ ਸਿੱਖ ਕਿਦੇ ਝੂਠ ਨਹੀਂ ਬੋਲਦਾ ਸੱਚ ਬੋਲੇਗਾ ਇਸ ਕਰਕੇ ਗੁਰਮੁਖ ਪੰਥ ਵੱਡਾ ਪ੍ਰਤਾਪ ਹੈ ਕਿਉਂ ਬ੍ਰਿਟਿਸ਼ ਨੇ ਸਿੱਖਾਂ ਨੂੰ ਕਿਉਂ ਰੱਖਿਆ ਸੀਗਾ ਕਿਉਂਕਿ ਇੱਕ ਸਿੱਖ ਹੀ ਆ ਜਿਹੜਾ ਜਹਾਂ ਮੋਰੇ ਜਾਂਦਾ ਹੈ ਉਹ ਡਰਦਾ ਨਹੀਂ ਕਿਸੇ ਤੋਂ ਕਿਉਂਕਿ ਸਿੱਖ ਨੂੰ ਇੱਕ ਸੱਚ ਦਾ ਪਤਾ ਹੈ ਮਾਰਨ ਵਾਲਾ ਤੇ ਬਚਾਉਣ ਵਾਲਾ ਗੁਰੂ ਨਾਨਕ ਹੈ ਪਰਮਾਤਮਾ ਆਪ ਹੈ ਇੱਕ ਜਿਹੜਾ ਮਾਰ ਸਕਦਾ ਤੇ ਬਚਾ ਸਕਦਾ ਉਹਨੂੰ ਕੋਈ ਫਿਕਰ ਨਹੀਂ ਹੁੰਦਾ ਉਨੇ ਇਹ ਫਿਕਰ ਕਰਤੇ ਆਪਣੇ ਆਪ ਦੇ ਵਿੱਚੋਂ ਸੋ ਇਸ ਕਰਕੇ ਗੁਰਮੁਖ ਪੰਥ ਵੱਡਾ ਪਰਤਾ ਇਹ ਵੱਡੇ ਪਰਤਾ ਵੱਡੇ ਗਲੋਰੀ ਵਾਲਾ ਪੰਥ ਗੁਰੂ ਨਾਨਕ ਸਾਹਿਬ ਨੇ ਬਣਾਇਆ ਹੈ ਵੇਦਕ ਤੇ ਬਹੁ ਬਾਹਰਾ ਅਨਹਦ ਸ਼ਬਦ ਅਗੰਮ ਅਲਾਪ ਹੁਣ ਦੇਖੋ ਕਹਿੰਦੇ ਵਰਜਨਾ ਹਨ ਵੇਦ ਚਾਰ ਵੇਦ ਕਤੇ ਵਿਚਾਰ ਕਤੇਬ ਨੇ ਕਹਿੰਦੇ ਇਹ ਸਾਰਾ ਇਹਨਾਂ ਤੋਂ ਬਾਹਰ ਹੈ ਇਹ ਖਾਲਸਾ ਪੰਥ ਜਿਹੜਾ ਮਹਾਰਾਜ ਨੇ ਬਣਾਇਆ ਹੈ ਕਹਿੰਦੇ ਅਨਹਦ ਅਨਹਦ ਬਿਨਾ ਹੱਦ ਤੋਂ ਸ਼ਬਦ ਜਿਹੜੇ ਹਨ ਅਗੰਮ ਜਿਹੜੇ ਮਨ ਦੀ ਗਮਤਾ ਤੋਂ ਪਰੇ ਨੇ ਅਲਾਪੇ ਉਹਦੇ ਅੰਦਰ ਵੱਜਦੇ ਰਹਿੰਦੇ ਨੇ ਗੁਰਮੁਖ ਉਹ ਨੇ ਜੋ ਸਿੱਧਾ ਪਰਮਾਤਮਾ ਦੀ ਦਰਗਾਹ ਦੇ ਨਾਲ ਉਹਨਾਂ ਦਾ ਕਨੈਕਸ਼ਨ ਹੈ ਉਹਨਾਂ ਨੂੰ ਕਿਸੇ ਦੀ ਲੋੜ ਨਹੀਂ ਕਿਉਂਕਿ ਗੁਰੂ ਨਾਨਕ ਪਰਮੇਸ਼ਰ ਹੈ ਉਹਨਾਂ ਦੀ ਸਿੱਧੀ ਲਿਵ ਗੁਰੂ ਨਾਨਕ ਨਾਲ ਜੁੜੀ ਹੋਈ ਹੈ ਉਹਨਾਂ ਨੂੰ ਕਿਹਦਾ ਡਰ ਹੋਵੇਗਾ ਨਾਓ ਇਫ ਯੂ ਹੈਵ ਦਾ ਕਨੈਕਸ਼ਨ ਟੂ ਦਾ ਜਿਹੜਾ ਹਨ ਦਾ ਬਿਗੈਸਟ ਦਾ ਹਾਈਐਸਟ ਅਥਾਰਟੀ ਫੇ ਤੁਹਾਨੂੰ ਛੋਟੇ ਛੋਟੇ ਆਥਾਰਟੀ ਦਾ ਤੁਹਾਨੂੰ ਕੋਈ ਫਿਕਰ ਨਹੀਂ ਹੋਏਗਾ ਕਿਉਂਕਿ ਤੁਹਾਡਾ ਕਨੈਕਸ਼ਨ ਸਿੱਧਾ ਉੱਤੇ ਹੈ ਕਹਿੰਦੇ ਇਸ ਕਰਕੇ ਗੁਰਸਿੱਖਾਂ ਨੂੰ ਮਹਾਰਾਜ ਨੇ ਐਸਾ ਜਿਹੜਾ ਇਹ ਬਹੁਤ ਵੱਡੀ ਪ੍ਰਿਵੀਲੇਜ ਦਿੱਤੀ ਹੈ ਕਿਉਂ ਅਨਹਦ ਸ਼ਬਦ ਅਗਮ ਅਲਾਪ ਉਹ ਉਸ ਜਹਨ ਉਹਦੇ ਵਿੱਚ ਰਹਿੰਦੇ ਨੇ ਸਿੱਧਾ ਕਨੈਕਸ਼ਨ ਵਿੱਚ ਰਹਿੰਦੇ ਨੇ ਇਸ ਕਰਕੇ ਉਹ ਝੂਠ ਨਹੀਂ ਬੋਲਦੇ ਉਹ ਕਿਸੇ ਦੇ ਅਧੀਨ ਕਿਸੇ ਦੇ ਕੰਟਰੋਲ ਵਿੱਚ ਨਹੀਂ ਆਉਂਦੇ ਪੈਰੀ ਪਾਖਾਖ ਹੋਏ ਗੁਰਸਿੱਖਾਂ ਰਹਿਰਾਸ ਪਛਾਪਤ ਐਟ ਕਹਿੰਦੇ ਇੰਨਾ ਪਾਵਰ ਦੇ ਕੇ ਵੀ ਗੁਰੂ ਨਾਨਕ ਨੇ ਕਹਿੰਦੇ ਪੈਰੀ ਪਾਖਾਖ ਹੋਏ ਸਿੱਖਾਂ ਨੂੰ ਪੈਰੀ ਪੈ ਕੇ ਪੈਰ ਦੀ ਧੂੜ ਬੜਨਾ ਵੀ ਗੁਰੂ ਨਾਨਕ ਨੇ ਸਿਖਾਇਆ ਹੈ ਕਹਿੰਦੇ ਤੁਸੀਂ ਅੱਡੇ ਵੱਡੇ ਪਾਵਰ ਹੁੰਦਿਆਂ ਹੋਿਆਂ ਵੀ ਜਿਵੇਂ ਇੱਕ ਸਿੱਖ ਹੁੰਦਾ ਸੀਗਾ ਮਹਾਰਾਜ ਦਾ ਗੜਿਆ ਸਿੱਖ ਹੁੰਦਾ ਸੀ ਭਾਈ ਗੜਿਆ ਜੀ ਕਹਿੰਦੇ ਉਹਨੂੰ ਇੱਕ ਦਿਨ ਮਹਾਰਾਜ ਨੇ ਪ੍ਰਚਾਰ ਵਾਸਤੇ ਭੇਜਿਆ ਤੇ ਉਹ ਚਲਿਆ ਗਿਆ ਜੀ ਗੁਜਰਾਤ ਵੱਲ ਉਹ ਇੱਕ ਸ਼ਾਦੁੱਲਾ ਹੁੰਦਾ ਸੀ ਉੱਥੇ ਸ਼ਾਦੁੱਲਾ ਜਿਹੜਾ ਹੈ ਉਹਨਾਂ ਨੂੰ ਮਿਲਿਆ ਤੇ ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਸਿੱਖ ਸੀ ਭਾਈ ਗੜਿਆ ਜੀ ਇਹ ਚਲੇ ਗਏ ਤੇ ਉੱਥੇ ਜਾ ਕੇ ਇਹਨਾਂ ਦਾ ਨਾ ਉੱਥੇ ਪਹੁੰਚੇ ਸ਼ਾਦੁੱਲਾ ਜਿਹੜਾ ਸੀ ਨਾ ਫਕੀਰ ਮੁਸਲਮਾਨ ਸੀਗਾ ਉਹਨੇ ਪਾਈ ਗੜਿਆ ਜਿਹਨੂੰ ਕਿਹਾ ਨਾ ਕਹਿੰਦਾ ਮੇਰੀ ਬੇਨਤੀ ਹੈ ਗੁਰਸਿੱਖਾ ਮੈਨੂੰ ਸੁਖਮਨੀ ਸਾਹਿਬ ਦਾ ਪਾਠ ਸੁਣਾ ਦੇ ਕਹਿੰਦੇ ਮੈਂ ਸੁਣਿਆ ਗੁਰੂ ਅਰਜਨ ਦੇਵ ਜੀ ਨੇ ਬਾਣੀ ਦਾ ਉਚਾਰਨ ਕੀਤਾ ਤੂੰ ਮੈਨੂੰ ਇੱਕ ਵਾਰੀ ਸੁਣਾ ਦੇ ਇਹ ਸੋ ਉਹਨੇ ਪਾਠ ਸ਼ੁਰੂ ਕੀਤਾ ਤੇ ਇਹ ਪਾਠ ਆਇਆ ਰਹਾਉ ਦੀ ਪੰਕਤੀ ਦੇ ਸੁਖਮਨੀ ਸੁਖ ਪ੍ਰਭ ਅੰਮ੍ਰਿਤ ਪਰਮਾਣ ਕੇ ਪਾਗਤੀ ਜਾਣ ਕੇ ਮਨ ਬਿਸਰਾਮ ਨਾ ਰਹਾਉ ਉਹ ਪੰਕਤੀ ਤੱਕ ਇਹ ਆਇਆ ਤੇ ਸ਼ਾਦੁੱਲਾ ਕਹਿੰਦਾ ਬਸ ਕਹਿੰਦਾ ਮੈਨੂੰ ਸਮਝ ਆ ਗਈ ਕਹਿੰਦਾ ਗੁਰੂ ਦੀ ਤਾਂ ਇੱਕ ਇੱਕ ਅੱਖਰ ਮੁਕਤੀ ਦੇਣ ਵਾਲਾ ਹੈ ਕਹਿੰਦਾ ਮੈਨੂੰ ਤਾਂ ਕਹਿੰਦਾ ਸਾਰੀਓ ਸਮਝ ਆ ਗਈ ਏ ਜਿਹੜੀ ਰਹਾਉ ਦੀ ਤੱਕ ਤੋਂ ਤੇ ਫੇਰ ਸ਼ਾਦੁੱਲਾ ਨੇ 2-3 ਦਿਨ ਪਾਈ ਗੜਿਆ ਨੂੰ ਆਪਣੇ ਕੋਲ ਰੱਖਿਆ ਤੀਜੇ ਚੌਥੇ ਦਿਨ ਪਾਈ ਗੜਿਆ ਜੀ ਉਤੋਂ ਚੱਲ ਕੇ ਚੱਲੇ ਤਾਂ ਇਹ ਸ਼ਾਦੁੱਲਾ ਪਾਈ ਗੜਿਆ ਦੇ ਪਿੱਛੇ-ਪਿੱਛੇ ਤੁਰਦਾ ਆਉਂਦਾ ਹੈ ਇਹਨੇ ਇੱਕ ਗੱਲ ਆਬਜ਼ਰਵ ਕੀਤੀ ਪਾਈ ਗੜਿਆ ਦੀ ਨਾ ਜਿਹੜੇ ਜੁੱਤੀਆਂ ਟੁੱਟੀਆਂ ਹੋਈਆਂ ਸਨ ਟੁੱਟੀਆਂ ਹੋਈਆਂ ਜੁੱਤੀਆਂ ਦੇ ਕਰਕੇ ਨਾ ਜਦੋਂ ਪਾਈ ਗੜਿਆ ਜੀ ਤੁਰਦੇ ਸੀ ਨਾ ਕਹਿੰਦੇ ਉਹ ਸਾਰੀ ਧੂੜ ਨਾ ਉਹਨਾਂ ਦੇ ਗੋਡਿਆਂ ਤੱਕ ਪੈਂਦੀ ਸੀ ਉਹ ਪਿੱਛੇ ਮਿੱਟੀ ਉੱਡਦੀ ਸੀਗੀ ਤੇ ਉਸ ਹਲਨਾ ਸ਼ਾਹਦੁੱਲਾ ਦੇ ਮਨ ਵਿੱਚ ਖਿਆਲ ਆਇਆ ਉਹਦੇ ਕੋਲ ਸ਼ਕਤੀਆਂ ਸੀਗੀਆਂ ਉਹ ਕਹਿੰਦਾ ਨਾ ਮੈਂ ਭਾਈ ਗੜਿਆ ਜੀ ਨੂੰ ਕੁਝ ਦੇ ਦੇਵਾਂ ਕੋਈ ਰਿੱਧੀਆਂ ਸਿੱਧੀਆਂ ਦੇ ਦੇਵਾਂ ਜਿਦੇ ਕਰਕੇ ਇਹਨਾਂ ਦਾ ਸਫਰ ਸੌਖਾ ਹੋ ਜਾਏਗਾ ਭਾਈ ਗੜਿਆ ਜੀ ਨੇ ਉਦੋਂ ਹੀ ਉਹਦਾ ਮਨ ਪੜ ਲਿਆ ਵੀ ਮੈਨੂੰ ਇਹਦਾ ਕੁਝ ਦੇਣ ਲੱਗਿਆ ਭਾਈ ਗੜਿਆ ਨੇ ਪਤਾ ਕੀ ਕੀਤਾ ਸਾਰੀ ਧਰਤੀ ਸੋਨੇ ਦੀ ਬਣਾਤੀ ਉਹ ਸ਼ਾਹਦੁੱਲਾ ਦੇਖਦਾ ਹੀ ਰਹਿ ਗਿਆ ਕਹਿੰਦਾ ਮੈਂ ਤਾਂ ਤੈਨੂੰ ਇੱਕ ਦੋ ਸ਼ਕਤੀਆਂ ਦੇਣੀ ਸੀ ਤੂੰ ਤਾਂ ਸਾਰੀ ਧਰਤੀ ਸੋਨੇ ਦੀ ਬਣਾਤੀ ਤੇ ਭਾਈ ਗੜਿਆ ਜੀ ਕਹਿੰਦੇ ਭਾਈ ਗੁਰੂ ਨੇ ਬਹੁਤ ਕੁਝ ਦਿੱਤਾ ਹੈ ਪਰ ਅਸੀਂ ਫਿਰ ਵੀ ਗਰੀਬੀ ਚ ਰਹਿ ਕੇ ਖੁਸ਼ ਆ ਕਿਉਂਕਿ ਗਰੀਬੀ ਚ ਜਿੰਨਾ ਆਨੰਦ ਸੁੱਖ ਹੁੰਦਾ ਔਰ ਕਿਤੇ ਨਹੀਂ ਹੁੰਦਾ ਦਾਵਾ ਕਰਨਾ ਪੈਂਦਾ ਦੇਖੋ ਨਾ ਤੁਹਾਨੂੰ ਕੋਈ ਚੀਜ਼ ਹੋਊਗੀ ਤੁਹਾਨੂੰ ਦਿਖਾਉਣੀ ਪਊਗੀ ਤੁਹਾਨੂੰ ਕਲੇਮ ਕਰਨੀ ਪਊਗੀ ਦੇਖੋ ਨਾ ਹੁਣ ਤੇਰੇ ਕੋਲ ਸ਼ਕਤੀ ਹੈ ਤੁਸੀਂ ਉਹ ਸ਼ਕਤੀ ਦਾ ਪ੍ਰਗਟਾਵਾ ਕਰੋਗੇ ਤੁਸੀਂ ਦਿਖਾਉਂਗੇ ਕਿਸੇ ਨੂੰ ਤਾਂ ਕਰਕੇ ਤੁਹਾਡੀ ਪੂਜਾ ਹੋਵੇ ਰਾਈਟ ਤੁਹਾਨੂੰ ਫਿਰ ਵੀ ਉਹਨੂੰ ਦਿਖਾਉਣਾ ਪਵੇਗਾ ਗੁਰਸਿੱਖ ਕੀ ਕਰਦੇ ਨੇ ਸ਼ਕਤੀਆਂ ਹੁੰਦੀਆਂ ਨੇ ਉਹ ਆਪਣੇ ਵਿੱਚ ਸਮੇਟ ਕੇ ਰੱਖਦੇ ਨੇ ਉਹ ਫਿਰ ਵੀ ਗਰੀਬੀ 'ਚ ਰਹਿੰਦੇ ਨੇ ਸੋ ਦੈਟ ਮੀਨਸ ਇਜ਼ ਦਾ ਪਾਵਰ ਮੋਰ ਪਾਵਰਫੁਲ ਦੈਨ ਯੂ ਆ ਯੂ ਆ ਮੋਰ ਪਾਵਰਫੁਲ ਦੈਨ ਦਾ ਪਾਵਰ ਦੇਖੋ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਇਹ ਪਾਵਰ ਨੂੰ ਦੇ ਕੇ ਵੀ ਸਿੱਖਾਂ ਨੂੰ ਹੋਰ ਵੱਡਾ ਪਾਵਰ ਜਨਨ ਸ਼ਕਤੀ ਦੇ ਦਿੱਤੀ ਹੈ ਵੀ ਜਰ ਵੀ ਲੋ ਕਰਨਾ ਨਹੀਂ ਕੁਛ ਵੀ ਕਰਨਾ ਨਹੀਂ ਕੁਛ ਵੀ ਫਿਰ ਵੀ ਉਹਦੇ ਪਾਣੀ ਚ ਰਹਿਣਾ ਕਹਿੰਦੇ ਪੈਰੀ ਪੈ ਪਾਖਾਕ ਹੋਏ ਗੁਰਸਿੱਖਾਂ ਰਹਿਰਾਸ ਪਛਾਪੈ ਕਹਿੰਦੇ ਗੁਰਸਿੱਖਾਂ ਨੇ ਇਹ ਚੰਗਾ ਰਸਤਾ ਪਛਾਣ ਲਿਆ ਹੈ ਮਾਇਆ ਵਿੱਚ ਉਦਾਸ ਕਰ ਆਪ ਗਵਾਏ ਜਪੈ ਅਜਪੈ ਦੇਖੋ ਮਾਇਆ ਵਿੱਚ ਮਹਾਰਾਜ ਨੇ ਉਦਾਸ ਰਹਿਣਾ ਸਿਖਾਇਆ ਹੈ ਮਾਇਆ ਭਾਵੇਂ ਕਿੰਨੀ ਵੀ ਹੋਵੇ ਥੋੜੀ ਹੋਵੇ ਜਿਆਦੇ ਹੋਵੇ ਮਹਾਰਾਜ ਕਹਿੰਦੇ ਉਦਾਸ ਰਹਿਣਾ ਹੈ ਉਦਾਸ ਕਿਉਂ ਰਹਿਣਾ ਇਹ ਝੂਠੀ ਹੈ ਇਹ ਮੇਰੇ ਨਾਲ ਨਹੀਂ ਜਾਣੀ ਨਾ ਮੇਰੇ ਨਾਲ ਆਈ ਹੈ ਨਾ ਮੇਰੇ ਨਾਲ ਜਾਣਾ ਹੈ ਇਹ ਤੋਂ ਉਦਾਸ ਰਹਿਣਾ ਹੈ ਉਦਾਸ ਇਸ ਕਰਕੇ ਹੈ ਇਹਦੇ ਵਿੱਚੋਂ ਮੈਨੂੰ ਕੁਝ ਨਹੀਂ ਮਿਲਣਾ ਮੈਂ ਤਾਂ ਸਾਨੂੰ ਵਰਤਣਾ ਹੀ ਹੈ ਵਰਤਨ ਵਾਸਤੇ ਦਿੱਤੀ ਹੈ ਮਹਾਰਾਜ ਨੇ ਤੇ ਉਦਾਸ ਇਸ ਕਰਕੇ ਰਹਿਣਾ ਹੈ ਕਿ ਪਰਮੇਸ਼ਰ 'ਚ ਆਪਣੀ ਬਿਰਤੀ ਜੋੜ ਕੇ ਰੱਖਣੀ ਕਿ ਮਹਾਰਾ ਤੂੰ ਵੱਡਾ ਹੈ ਤੇਰੀ ਮਾਇਆ ਛੋਟੀ ਹੈ ਸੋ ਇਸ ਕਰਕੇ ਆਪ ਗਵਾਏ ਆਪਣੇ ਆਪ ਨੂੰ ਗਵਾ ਕੇ ਜਪੈ ਜਪ ਹੈ ਕਹਿੰਦੇ ਜਿਹੜਾ ਨਹੀਂ ਜਪਿਆ ਜਾਂਦਾ ਜਿਹੜਾ ਅਜਪਾ ਜਾਪਨਾ ਵਿਸਰੈ ਉਹ ਉਹ ਜਿਹੜਾ ਅਜੱਪਾ ਜਾਪ ਹੈ ਜਿਹੜਾ ਆਪਣੇ ਆਪ ਹੁੰਦਾ ਹੈ ਗੁਰਮੁਖ ਉਹਨੂੰ ਜਪ ਕੇ ਅਜੱਪਾ ਤਾਂ ਅਜਾਪ ਦੀ ਅਵਸਥਾ ਵਿੱਚ ਚਲੇ ਜਾਂਦਾ ਜਿੱਥੇ ਉਹਨੂੰ ਪਤਾ ਵੀ ਨਹੀਂ ਲੱਗਦਾ ਉਹ ਜਪ ਰਿਹਾ ਹੈ ਗੁਰਮੁਖ ਰੋਮ ਰੋਮ ਹਰ ਤੇ ਆਵੇ ਉਹਦੇ ਰੋਮ ਰੋਮ ਦੇ ਵਿੱਚ ਆਪਣੇ ਆਪ ਸਿਮਰਨ ਹੋਈ ਜਾਂਦਾ ਉਹਨੂੰ ਕਰਨ ਦੀ ਲੋੜ ਨਹੀਂ ਪੈਂਦੀ ਕਹਿੰਦੇ ਉਹ ਅਵਸਥਾ ਗੁਰੂ ਨਾਨਕ ਸਾਹਿਬ ਨੇ ਦਿੱਤੀ ਹੈ ਜਿਹੜੀ ਸਭ ਤੋਂ ਵੱਡੀ ਹੈ ਲਾਂਗਨ ਇੱਕ ਨਿਕਟਾ ਤੇ ਵਰਾਸਰਾਪ ਦੇਖੋ ਉਹ ਗੁਰਮੁਖ ਜਿਹੜੇ ਨੇ ਉਹ ਸਤਜੁਗ ਤ੍ਰੇਤਾ ਦਵਾਪਰ ਦੇ ਜਿਹੜੇ ਧਰਮਸੀਨਾ ਕਿਸੇ ਨੂੰ ਵਰ ਦੇਤਾ ਕਿਸੇ ਨੂੰ ਸਰਾਪ ਦੇਤਾ ਇਹ ਤੋਂ ਪਰੇ ਹੋ ਗਏ ਗੁਰਸਿੱਖ ਹੁਣ ਗੁਰਸਿੱਖ ਹੋਰ ਜਿਹੜਾ ਉਹਦੇ ਵਿੱਚ ਨਹੀਂ ਆਉਂਦੇ ਕਿ ਉਹਨਾਂ ਨੂੰ ਕਿਸੇ ਦੀ ਵਰ ਦੀ ਲੋੜ ਪੈਣੀ ਆ ਜਾਂ ਉਹਨਾਂ ਨੂੰ ਸਰਾਪ ਦਾ ਕਿਸੇ ਦਾ ਭਰਨਾ ਪੈਣਾ ਕਹਿੰਦੇ ਗੁਰਮੁਖ ਇਹ ਚੀਜ਼ਾਂ ਤੋਂ ਉੱਤੇ ਉੱਠ ਗੜੇ ਹਨ ਉਹਨਾਂ ਨੂੰ ਕੋਈ ਨਹੀਂ ਕੁਝ ਕਰ ਸਕਦਾ ਇਸ ਕਰਕੇ ਜਿਨ੍ਹਾਂ ਜਿਹੜਾ ਹਨ ਕੰਜਾਂ ਨੂੰ ਡਰ ਹੁੰਦਾ ਨਾ ਵੀ ਸਾਡੇ ਤੇ ਕਿਸੇ ਨੇ ਜਾਦੂ ਕਰ ਦੇਣਾ ਸਾਡੇ ਤੇ ਕਿਸੇ ਨੇ ਮੰਤਰ ਪੜ੍ਹ ਦੇਣਾ ਪਾਈ ਉਦੋਂ ਤੱਕ ਪੜ੍ਹਨਗੇ ਜਦੋਂ ਤੱਕ ਤੁਹਾਨੂੰ ਆਪਣੇ ਗੁਰੂ ਤੇ ਭਰੋਸਾ ਨਹੀਂ ਹੋਵੇਗਾ ਜਿੱਦਨ ਤੁਹਾਨੂੰ ਭਰੋਸਾ ਆ ਗਿਆ ਤੁਹਾਡਾ ਕੋਈ ਵਾਲ ਨਹੀਂ ਬਿੰਗਾ ਕਰ ਸਕਦਾ ਲਾਲਵੇ ਜੋੜ ਜਿਹੜਾ ਲਾਉਣਾ ਹੈ ਕਿਤੇ ਨਹੀਂ ਕੁਝ ਹੁੰਦਾ ਐਸਾ ਹੋ ਹੀ ਨਹੀਂ ਸਕਦਾ ਸੋ ਆਪਣਾ ਭਰੋਸਾ ਰੱਖੋ ਗੁਰੂ ਮਹਾਰਾਜ ਦੇ ਜੇਰਾ ਪੂਰਨ ਪ੍ਰੋਸਾਰ ਰੱਖੋ ਉਹਦੇ ਨਾਲ ਹੀ ਆਪਣਾ ਕਲਿਆਣ ਹੋਣਾ ਹੈ ਆਪਾਂ ਨੂੰ ਦੁਨੀਆ ਤੇ ਆਪਾਂ ਨੂੰ ਸੁੱਖ ਮਿਲਣਾ ਲੋਕ ਕਹਿੰਦੇ ਆ ਨਾ ਮਰ ਕੇ ਸਵਰਗ ਮਿਲਦੇ ਨੇ ਮਰ ਕੇ ਸੁੱਖ ਮਿਲਦਾ ਨਹੀਂ ਗੁਰਨਾਨ ਦੇਵ ਕਹਿੰਦਾ ਤੁਹਾਨੂੰ ਸਭ ਕੁਝ ਮੈਂ ਇੱਥੇ ਹੀ ਵੀ ਦੇ ਦੇਣਾ ਹੈ ਗਾਤਾ ਦੇ ਰਹੀ ਦੇਣਾ ਜੋ ਦੇਣਾ ਹੈ ਕਹਿੰਦੇ ਇੱਥੇ ਵੀ ਤੁਹਾਨੂੰ ਸਭ ਕੁਝ ਮਿਲੇਗਾ ਓਕੇ ਚਲੋ ਮਾਇਆ ਵਿੱਚ ਉਦਾਸ ਕਰ ਆਪ ਗਵਾਏ ਜਪੈ ਅਜਪੈ ਲੰਗ ਨਖੱਥ ਵਰਾਸ ਰਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ